ਮੈਂ ਤੁਹਾਡੇ ਨਾਲ ਸ਼ੁਰੂ ਕਰ ਚੁੱਕਾ ਹਾਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਸੰਗੰਨੀਆਂ ਦਾ ਕਵਿਤਾ ਭਾਗ ਜਿਸ ਵਿੱਚ ਅੱਜ ਆਪਾਂ ਸ਼ੁਰੂ ਕਰਾਂਗੇ surjit patar ji ਪਾਠ 13 surjit patar ji ਨੂੰ ਉਹਨਾਂ ਦੀ ਪਹਿਲੀ ਕਵਿਤਾ ਆਪਾਂ ਪੜਾਂਗੇ ਜਿਸ ਦੇ ਵਿੱਚ ਉਹ ਕ੍ਰਾਂਤੀਕਾਰੀ ਸਾਥੀਆਂ ਦੇ ਸੁਪਨਿਆਂ ਦੀ ਗੱਲ ਕਰ ਰਹੇ ਨੇ ਕੁਛ ਕਿਹਾ ਤਾ ਹਨੇਰਾ ਜਰੇਗਾ ਕਿਵੇਂ ਇਹ ਕਵਿਤਾ ਆਪਾਂ ਪਹਿਲਾਂ ਮੈਂ ਪਾਠ ਕਰਦਾ ਕਵਿਤਾ ਦਾ ਤੁਸੀਂ ਸ਼ਬਦਾਂ ਦੇ ਧਿਆਨ ਦੇਣਾ ਲਿਖੇ ਹੋਏ ਨੂੰ ਦੇਖਣਾ ਮੈਂ ਬੋਲ ਰਿਹਾ ਮੇਰੇ ਜਿਹੜੇ ਸ਼ਬਦ ਨੂੰ ਮੈਂ ਬੋਲ ਰਿਹਾ ਉਸ ਸ਼ਬਦ ਦੇ ਉੱਤੇ ਨਿਗਾਹ ਰੱਖਣੀ ਆ ਆਓ ਸ਼ੁਰੂ ਕਰਦੇ ਹਾਂ ਸਰਜੀਤ ਪੱਤਰ ਦੀ ਪਹਿਲੀ ਕਵਿਤਾ ਕੁਝ ਕਿਹਾ ਤਾਂ ਇਹ ਗਜ਼ਲ ਰੂਪਿਆ ਕਵਿਤਾ ਦਾ ਗਜ਼ਲ ਰੂਪਿਆ ਕੁਛ ਕਿਹਾ ਤਾ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਅੱਖੋ ਇਨਾਂ ਨੂੰ ਉੱਜੜੇ ਕਰੀ ਜਾਣ ਹੁਣ ਇੱਕ ਦੋਂ ਤੀਕ ਇੱਥੇ ਖੜੇ ਰਹਿਣਗੇ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂ ਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਜੋ ਵਿਦੇਸਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਣਗੇ ਕੀ ਇਹ ਇਨਸਾਫ਼ ਹਉਮੇ ਦੇ ਪੁੱਤ ਕਰਨਗੇ ਕੀ ਇਹ ਖਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲਥਣੇ ਨਹੀਂ ਰਾਜ ਬਦਲਣਗੇ ਸੂਰਜ ਚੜਨ ਲੈਣਗੇ ਇਹ ਜੋ ਰੰਗਾ ਚ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਚ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਕਰਾਂ ਚ ਵੀ ਦੀਵੇ ਬੁਝੇ ਰਹਿਣਗੇ ਇਹ ਕਵਿਤਾ ਸੁਜੀਤ ਪਾਤਰ ਜੀ ਦੀ ਆਪਾਂ ਹੁਣ ਇਹਦੇ ਅਰਥ ਦੇਖਦੇ ਆਂ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਵੇ ਹਨੇਰਾ ਇਹ ਜਿਹੜੀ ਵਿਵਸਥਾ ਦਾ ਹਨੇਰਾ ਜਿਹੜੀ ਹਨੇਰਗਰਦੀ ਸ਼ਾਸਕ ਸਮਾਜ ਨੇ ਲੁੱਟੂ ਸਮਾਜ ਨੇ ਗਰੀਬ ਜਨਤਾ ਨੂੰ ਲੁੱਟਣ ਦੀ ਜਿਹੜੀ ਵਿਵਸਥਾ ਬਣਾਈ ਹੋਈ ਆ ਉਸ ਹਨੇਰੇ ਨੂੰ ਕਹਿੰਦਾ ਜੇ ਮੈਂ ਆਵਾਜ਼ ਬੁਲੰਦ ਕੀਤੀ ਤਾਂ ਇਸ ਹਨੇਰੇ ਨੇ ਇਸ ਵਿਵਸਥਾ ਨੇ ਮੈਨੂੰ ਜਰਨਾ ਨਹੀਂ ਮੈਨੂੰ ਸਹਾਰਨਾ ਨਹੀਂ ਹੁਣ ਉਹ ਕਹਿੰਦਾ ਵੀ ਜੇ ਮੈਂ ਕ੍ਰਾਂਤੀ ਦੀ ਆਵਾਜ਼ ਬੁਲੰਦ ਕਰਦਾ ਤਾਂ ਇਸ ਲੁੱਟੂ ਜਮਾਤ ਨੇ ਮੈਨੂੰ ਜਰਨਾ ਨਹੀਂ ਜੇ ਚੋਪ ਰਿਹਾ ਤਾਂ ਸ਼ਮਾਦਾਨ ਕੀ ਕਹਣਗੇ ਸ਼ਮਾਦਾਨ ਸ਼ਮਾਦਾਨ ਹੁੰਦਾ ਦੀਵੇ ਜਿਵੇਂ ਮੋਮਬੱਤੀ ਟਿਕਾਉਣ ਲਈ ਸਟੈਂਡ ਹੁੰਦਾ ਜਾਂ ਦੀਵਾ ਰੱਖਣ ਲਈ ਸਟੈਂਡ ਹੁੰਦਾ ਉਹਨੂੰ ਕਹਿੰਦੇ ਸ਼ਮਾਦਾਨ ਇੱਥੇ ਸ਼ਮਾਦਾਨ ਤੋਂ ਪਾਵਿਆ ਉਹ ਕ੍ਰਾਂਤੀਕਾਰੀ ਲੋਕ ਜਿਹੜੇ ਸਮਾਜ ਨੂੰ ਚਾਨਣ ਹੋਣਾਰਾ ਦੇਰ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ ਚੰਨ ਫਲਾ ਰਹੇ ਨੇ ਜਾਗਰਤੀ ਫਲਾ ਰਹੇ ਨੇ ਲੋਕਾਂ ਨੂੰ ਆਪਣੇ ਹੱਕਾਂ ਲਈ ਤਿਆਰ ਕਰ ਰਹੇ ਨੇ ਖੜੇ ਕਰ ਰਹੇ ਨੇ ਕਿ ਤੁਸੀਂ ਖੜੋ ਲੜੋ ਔਰ ਆਪਣੇ ਹੱਕ ਲਓ ਉਹ ਕੀ ਕਹਿਣਗੇ ਜੇ ਚੁੱਪ ਰਿਆ ਤਾਂ ਮੈਂ ਇਸ ਲੋਟੂ ਸਮਾਜ ਦੇ ਇਸ ਲੋਟੂ ਵਿਵਸਥਾ ਦੇ ਖਿਲਾਫ ਨਾ ਬੋਲਿਆ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣ ਫਿਰ ਮੈਂ ਚੁੱਪ ਰਹਿਗਾ ਮੈਂ ਗੀਤ ਹੀ ਨਾ ਗਾਇਆ ਮੈਂ ਉਸ ਕ੍ਰਾਂਤੀ ਦਾ ਹਵਾਨ ਹੀ ਨਾ ਕੀਤਾ ਤੇ ਫਿਰ ਮੇਰੇ ਗੀਤ ਦੀ ਤਾਂ ਮੌਤ ਹੋ ਗਈ ਤੇ ਪਰ ਮੇਰੇ ਯਾਰ ਜਿਹੜੇ ਆ ਮੇਰੇ ਕ੍ਰਾਂਤੀਕਾਰੀ ਯਾਰ ਜਿਹੜੇ ਆ ਉਹ ਫਿਰ ਮੇਰਾ ਜੀਣਾ ਉਹਨਾਂ ਨੂੰ ਲੱਗੂਗਾ ਕਿ ਵਿਅਰਥ ਆ ਉਹ ਸਹਿ ਨਹੀਂ ਸਕਣਗੇ ਕਿ ਮੈਂ ਕਿਉਂ ਜੀਣਾ ਜੇ ਮੈਂ ਆਵਾਜ਼ ਬੁਲੰਦ ਹੱਕ ਦੀ ਸੱਚ ਦੀ ਨਹੀਂ ਕਰਦਾ ਹੁਣ ਇਸ ਵਿਵਸਥਾ ਦੀ ਗੱਲ ਕਰਦੇ ਨੇ ਇਸ ਜੋ ਸਮਾਜਿਕ ਵਿਵਸਥਾ ਜੋ ਰਾਜਨੀਤਿਕ ਵਿਵਸਥਾ ਉਹਦੀ ਗੱਲ ਕਰਦੇ ਇਸ ਅਦਾਲਤ ਦੇ ਬੰਦੇ ਬਿਰਖ ਹੋ ਗਏ ਬਿਰਖ ਹੁੰਦਾ ਆ ਰੁਕ ਜਿਵੇਂ ਰੋਖ ਡੋਲ ਖੜੇ ਰਹਿੰਦੇ ਆ ਕਈ ਕਈ ਸਾਲਾਂ ਤੱਕ ਇਸ ਤਰ੍ਹਾਂ ਅਦਾਲਤਾਂ ਦੇ ਵਿੱਚ ਲੋਕੀ ਰੁਲ ਗਏ ਕਈ ਕਈ ਸਾਲਾਂ ਤੱਕ ਉਹਨਾਂ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਉਹ ਉਹਨਾਂ ਦੇ ਹੱਕ 'ਚ ਫੈਸਲਾ ਨਹੀਂ ਹੋਇਆ ਉਹ ਸੁੱਕ ਗਏ ਭਾਵ ਮੁਰ ਜਾ ਗਏ ਖਤਮ ਹੋ ਗਏ ਲੇਕਿਨ ਅਦਾਲਤਾਂ ਨੇ ਵੀ ਉਹਨਾਂ ਨੂੰ ਨਿਆਂ ਨਹੀਂ ਦਿੱਤਾ ਤੇ ਫਿਰ ਉਹ ਕਹਿੰਦਾ ਵੀ ਤੁਸੀਂ ਅਦਾਲਤਾਂ 'ਚ ਕਿਉਂ ਖੜੇ ਹੋ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਉਹਨਾਂ ਦੇ ਘਰ ਉਜੜ ਚੁੱਕੇ ਨੇ ਉਹ ਬਰਬਾਦ ਹੋ ਚੁੱਕੇ ਨੇ ਉਹ ਕਹਿੰਦਾ ਤੁਸੀਂ ਆਪਣੇ ਬਰਬਾਦ ਹੋਏ ਘਰਾਂ 'ਚ ਜਾਓ ਇੱਥੇ ਕੀ ਕਰਦੇ ਆ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਕਿੰਨਾ ਇੰਤਜ਼ਾਰ ਕਰੋਗੇ ਕਹਿੰਦਾ ਤੁਸੀਂ ਇਨਸਾਫ ਲੈਣ ਲਈ ਜਾਓ ਕਹਿੰਦਾ ਇੱਥੇ ਇਸ ਵਿਵਸਥਾ ਦੇ ਵਿੱਚ ਤੁਹਾਨੂੰ ਇਨਸਾਫ਼ ਨਹੀਂ ਮਿਲਣਾ ਕਿਉਂ ਇੱਥੇ ਖੜੇ ਹੋ ਕਿਉਂ ਸਮਾਬਰਵਾਦ ਕਰ ਰਹੇ ਆ ਆਪਣੇ ਉਜੜੇ ਘਰਾਂ ਨੂੰ ਜਾ ਕੇ ਸੰਭਾਲੋ ਤੇ ਉਹ ਅਸਲ ਦੇ ਵਿੱਚ ਉਹ ਨਿਆਂ ਵਿਵਸਥਾ ਦੇ ਉੱਤੇ ਝੋਟ ਕਰ ਰਿਹਾ ਕਿ ਸੱਚੇ ਬੰਦੇ ਨੂੰ ਜਿਹੜੇ ਆ ਦਬਿਆ ਕੁਚਲਾ ਤਬਕਾ ਉਹਨੂੰ ਨਿਆਂ ਨਹੀਂ ਮਿਲ ਰਿਹਾ ਯਾਰ ਮੇਰੇ ਇਸ ਆਸ ਤੇ ਜੋ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਹਿੰਦਾ ਕੁਛ ਮੇਰੇ ਯਾਰ ਆਪਣੀਆਂ ਜਾਨਾਂ ਕਰਵਾਣ ਕਰਕੇ ਇਸ ਆਸਤੇ ਕਰਕੇ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਕਿ ਮੈਂ ਜਿਹੜੇ ਉਹਨਾਂ ਨੇ ਦੁੱਖ ਉਠਾਏ ਸੌਰੀ ਜਿਹੜੇ ਦੁੱਖ ਉਠਾਏ ਜਿਹੜੀ ਕਸ਼ਟ ੱਲੇ ਉਹਨਾਂ ਤੇ ਗੀਤ ਲਿਖਾਂਗਾ ਮੈਂ ਆਪਣੇ ਉਹਨਾਂ ਕ੍ਰਾਂਤੀਕਾਰੀ ਸਾਥੀਆਂ ਦੇ ਪ੍ਰਸ਼ੰਸਾ ਦੇ ਵਿੱਚ ਗੀਤ ਲਿਖਾਂਗਾ ਉਹਨਾਂ ਦੀ ਬਹਾਦਰੀ ਤੇ ਗੀਤ ਲਿਖਾਂਗਾ ਉਹਨਾਂ ਨੇ ਜਿਹੜੇ ਕਸ਼ਟ ਸਾਰੇ ਉਸ ਦੀ ਗੱਲ ਕਰਾਂਗਾ ਉਹਨਾਂ ਦੇ ਗੀਤ ਲਿਖਾਂਗਾ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਕਹਿੰਦਾ ਉਹ ਮਰ ਚੁੱਕੇ ਮੇਰੇ ਯਾਰ ਜੇ ਮੈਂ ਚੁੱਪ ਰਹਿ ਗਿਆ ਜੇ ਮੈਂ ਕੁਛ ਨਾ ਕਿਹਾ ਉਹਨਾਂ ਦੇ ਬਾਰੇ ਲੋਕਾਂ ਨੂੰ ਆਮ ਲੋਕਾਈ ਨੂੰ ਨਾ ਦੱਸਿਆ ਤੇ ਫਿਰ ਉਹਨਾਂ ਦੀ ਰੂਹ ਪਟਕਦੀ ਰਹੂਗੀ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਹੁਣ ਜਿਹੜੇ ਰੋਜੀ ਰੋਟੀ ਲਈ ਵਿਦੇਸ਼ਾਂ ਚਲੇ ਗਏ ਨੇ ਉਹਨਾਂ ਦੀ ਦਰਦਪਰੀ ਦਾਸਤਾਨ ਪਾਤਰ ਜੀ ਕਹਿ ਰਹੇ ਹੈ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਰੋਜ਼ੀ ਰੋਜ਼ਗਾਰ ਲਈ ਜਿਹੜੇ ਬੇਤਰਪ ਵਿਖਦੀ ਆਸ ਦੇ ਵਿੱਚ ਵਿਦੇਸ਼ ਚਲੇ ਗਏ ਉਹਨਾਂ ਦੇ ਸਾਥੀਆਂ ਨਾਲ ਕਹਿੰਦਾ ਕੀ ਹੋਊਗਾ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਹੁਣ ਉਹ ਵਿਦੇਸ਼ੀ ਹੋ ਗਏ ਨੇ ਵਦੇਸ਼ਾਂ ਦੇ ਵਿੱਚ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਕਹਿੰਦਾ ਜਦੋਂ ਕਦੀ ਵਾਪਸ ਆਪਣੇ ਦੇਸ਼ ਪਰਤਣਗੇ ਤਾਂ ਕੀ ਹੋ ਜਾਣਗਾ ਕੁਝ ਤਾਂ ਸੇਕਣਗੇ ਆਪਣੇ ਮਾਂ ਦੇ ਸਿਵੇ ਦੀ ਅਗਨ ਭਾਵ ਉਹਨਾਂ ਦੀ ਮਾਂ ਮਰ ਚੁੱਕੀ ਹੋਏਗੀ ਉਹਨਾਂ ਦੇ ਆਉਂਦਿਆਂ ਨੂੰ ਲੰਬੂ ਲੱਗਾ ਹੋਇਆ ਹੈਗਾ ਤੇ ਉਹ ਆ ਕੇ ਉਸ ਅੱਗ ਦਾ ਸੇਕ ਮਹਿਸੂਸ ਕਰਨਗੇ ਭਾਵ ਉਹਨਾਂ ਨੂੰ ਉਡੀਕਦੇ ਆਉਂਡੀਕਦੇ ਆ ਉਹਨਾਂ ਦੀ ਮਾਂ ਉਹਨਾਂ ਦੀ ਵਿਦੇਸ਼ੀਆਂ ਦੀਆਂ ਮਾਵਾਂ ਮਰ 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 ਜਾਣਗੀਆਂ ਬਾਕੀ ਕਬਰਾਂ ਦੇ ਰੁੱਖੇ ਹੇਠ ਜਾ ਬੈਣਗੇ ਜਿਹੜੇ ਉਸ ਤੋਂ ਵੀ ਲੇਟ ਹੋ ਜਾਣਗੇ ਆਪਣੇ ਮਾਂ ਦੇ ਅੰਤਿਮ ਸੰਸਕਾਰ ਤੇ ਨਹੀਂ ਪਹੁੰਚਣਗੇ ਉਹ ਫਿਰ ਸਿਵਿਆਂ ਦੇ ਵਿੱਚ ਜਾ ਕੇ ਆਪਣੀ ਮਾਂ ਦੇ ਜਾਂ ਆਪਣੇ ਪਿਓ ਦੇ ਜਿਹੜੇ ਕਬਰ ਤੇ ਰੁੱਖ ਉੱਗਿਆ ਹੋਏਗਾ ਉਹਦੇ ਹੇਠ ਬਹਿਣਗੇ ਭਾਵ ਉੱਥੇ ਬੈਠ ਕੇ ਅਫਸੋਸ ਕਰ ਰਹੇ ਹੋਣਗੇ ਉੱਥੇ ਬੈਠ ਕੇ ਉਹ ਉਹਨਾਂ ਨੂੰ ਆਪਣੇ ਬਜ਼ੁਰਗਾਂ ਨੂੰ ਯਾਦ ਕਰ ਰਹੇ ਹੋਣਗੇ ਹੁਣ ਕਹਿੰਦਾ ਵੀ ਇਹ ਹੋਮੇ ਦੇ ਪੁੱਤ ਕਹਿ ਰਿਆ ਇਹਨਾਂ ਹਾਕਮਾਂ ਨੂੰ ਇਹਨਾਂ ਨੇ ਕਹਿੰਦਾ ਇਨਸਾਫ ਨਹੀਂ ਦੇਣਾ ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ ਹੋਮੇ ਹੰਕਾਰ ਇਹ ਹੰਕਾਰੀ ਜਮਾਤ ਇਹ ਜੋ ਸੱਤਾਧਾਰੀ ਜਮਾਤ ਇਹ ਜੋ ਲੁੱਟੂ ਜਮਾਤ ਜਿਸ ਨੇ ਸਾਰਾ ਧਨ ਸੰਪਤੀ ਤੇ ਕਬਜ਼ਾ ਕੀਤਾ ਆ ਆਮ ਲੋਕਾਈ ਨੂੰ ਆਮ ਗਰੀਬ ਆਦਮੀ ਨੂੰ ਤੰਗ ਕਰਕੇ ਉਹਨਾਂ ਦਾ ਖੂਨ ਚੂਸ ਕੇ ਪੈਸੇ ਇਕੱਠੇ ਕਰ ਰਹੇ ਨੇ ਧਨ ਇਕੱਠਾ ਕਰ ਰਹੇ ਨੇ ਇਹ ਕਹਿੰਦਾ ਇਹ ਹੌਮੇ ਦੇ ਪੁੱਤ ਆ ਇਹ ਹੰਕਾਰ ਦੇ ਪੁੱਤ ਆ ਇਹਨਾਂ ਨੇ ਕੀ ਇਨਸਾਫ ਕਰਨਾ ਇਹਨਾਂ ਨੇ ਇਨਸਾਫ ਨਹੀਂ ਕਰਨਾ ਕੀ ਇਹ ਖਮੋਸ਼ ਪੱਥਰ ਦੇ ਬੁੱਤ ਕਰਨਗੇ ਇਹ ਪੱਥਰ ਦੇ ਬੁੱਤਾ ਵਾਂਗ ਖੜੇ ਆ ਲੋਕੀ ਦਰਦ ਨਾਲ ਕਰਾ ਰਹੇ ਆ ਪਰ ਇਹਨਾਂ 'ਤੇ ਕੋਈ ਅਸਰ ਨਹੀਂ ਹੋਏਗਾ ਜਿਵੇਂ ਪੱਥਰ ਦੇ ਬੁੱਤ ਖੜੇ ਨੇ ਨੇ ਐਵੇਂ ਇਹ ਲੁੱਟੂ ਜਮਾਤ ਸ਼ਾਸਕ ਜਮਾਤ ਖਮੋਸ਼ ਪੱਥਰ ਦੇ ਬੁੱਥਾ ਵਾਂ ਬੁੱਥਾ ਵਾਂ ਗੁਣੀ ਹੈ ਜੋ ਸਲੀਬਾਂ ਤੇ ਟੰਗਣੇ ਨੇ ਲੱਥਣੇ ਨਹੀਂ ਹੁਣ ਸਲੀਬਾਂ ਸਲੀਬਾਂ ਕੀ ਹੁੰਦੀਆਂ ਸਲੀਬ ਹੁੰਦੀ ਆ ਸੂਲੀ ਤੇ ਚੜਨਾ ਜਿਵੇਂ ਤੁਸੀਂ ਸੁਣਾਉਣਾ ਹੈ ਯੀਸ਼ੂ ਮਸੀਹ ਨੂੰ ਸੂਲੀ ਤੇ ਟੰਗਿਆ ਗਿਆ ਸੀ ਤੇ ਇਹ ਕਹਿੰਦਾ ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਲੀਬ ਤੇ ਲਟਕਾਤਾ ਇਹ ਕਹਿੰਦਾ ਲੈਣਾ ਨਹੀਂ ਪਾਵੇ ਇਹਨਾਂ ਨੂੰ ਕਿਸੇ ਨੇ ਮਾਫ ਨਹੀਂ ਕਰਨਾ ਇਹਨਾਂ ਦੀਆਂ ਸਜ਼ਾਾਂਵਾਂ ਘਟ ਨਹੀਂ ਕਰਨੀਆਂ ਰਾਜ ਬਦਲਣਗੇ ਸੂਰਜ ਚੜ੍ਹਨ ਲੈਣਗੇ ਉਹ ਕਹਿੰਦਾ ਸਿਰਫ ਰਾਜ ਹੀ ਬਦਲਣਗੇ ਪਰ ਇਹ ਜਿਹੜੇ ਸਲੀਬਾਂ ਤੇ ਟੰਗੇ ਆ ਇਹਨਾਂ ਨਾਲ ਕੋਈ ਇਨਸਾਫ ਨਹੀਂ ਹੋਣਾ ਦਿਨ ਸੂਰਜ ਚੜ੍ਹਨ ਲੈਣਗੇ ਦਾ ਮਤਲਬ ਹੈ ਸੂਰਜ ਚੜੂਗਾ ਲੈ ਉਹ ਦਿਨ ਤੇ ਦਿਨ ਦਿਨ ਤੇ ਦਿਨ guzarte jaange ਸਮਾਂ ਨਿਕਲਦਾ ਜਾਊਗਾ ਰਾਜ ਬਦਲਦੇ ਜਾਣਗੇ ਲੇਕਿਨ ਕਿਸੇ ਵੀ ਬਦਲੀ ਹੋਈ ਰਾਜਵਿਵਸਥਾ ਦੇ ਵਿੱਚ ਇਨਸਾਫ ਨਹੀਂ ਮਿਲੇਗਾ ਇਹ ਜੋ ਰੰਗਾਂ ਚ ਚਿੱਤਰੇ ਨੇ ਖੁਰ ਜਾਣਗੇ ਹੁਣ ਉਹ ਸ਼ਾਸਕ ਜਮਾਤ ਨੂੰ ਕਹਿ ਰਿਹਾ ਕਿ ਅੰਤ ਦੇ ਵਿੱਚ ਇਸ ਲੋਟੂ ਜਮਾਤ ਦਾ ਖਾਤਮਾ ਹੋਏਗਾ ਤੇ ਜਿਹੜੀ ਦਵੇ ਕੁਚਲੇ ਲੋਕ ਆ ਉਹਨਾਂ ਦਾ ਚਿਰ ਸਥਾਈ ਰਾਜ ਕਾਇਮ ਹੋਊਗਾ ਉਹਨਾਂ ਦੀ ਬੁਲੰਦ ਆਵਾਜ਼ ਕਾਇਮ ਰਹੂਗੀ ਉਹ ਕਹਿੰਦਾ ਇਹ ਜੋ ਰੰਗਾਂ ਚ ਚਿੱਤਰੀ ਨੇ ਹੁਣ ਜਿਹੜੇ ਸ਼ਾਸਕ ਜਮਾਤ ਹੈ ਇਹਨਾਂ ਦੇ ਚਿੱਤਰ ਥਾਂ ਥਾਂ ਤੇ ਲੱਗੇ ਹੋਏ ਆ ਪਾਦ ਇਹਨਾਂ ਦੀ ਮਹਿਮਾ ਮੰਡਲ ਹੋ ਰਿਹਾ ਇਹਨਾਂ ਦੇ ਇਹ ਰੰਗਾਂ ਚ ਚਿੱਤਰੇ ਨੇ ਜਿਹੜੇ ਇਹਨਾਂ ਦੇ ਚਿੱਤਰ ਬਣਾਏ ਹੋਏ ਨੇ ਰੰਗਾਂ ਦੇ ਉਹ ਖੁਰ ਜਾਣਗੇ ਖੁਰ ਜਾਣਗੇ ਭਾਵ ਮਿਟ ਜਾਣਗੇ ਇਹ ਜੋ ਮਰਮਰ ਚ ਉਕਰੇ ਨੇ ਮਿਟ ਜਾਣਗੇ ਮਰਮਰ ਸੰਗ ਮਰਮਰ ਨੂੰ ਕਿਹਾ ਗਿਆ ਮਰਮਰ ਸੰਗ ਮਰਮਰ ਸੰਗ ਮਰਮਰ ਇੱਕ ਕੂਲਾ ਪੱਥਰ ਸੰਗ ਮਰਮਰ ਸਭ ਤੋਂ ਮੁਲਾਇਮ ਪੱਥਰ ਹੁੰਦਾ ਸਫੇਦ ਰੰਗ ਦੀ ਜ਼ਿਆਦਾਤਰ ਸੰਗਮਰਮਰ ਹੁੰਦੀ ਹੈ ਜਿਵੇਂ ਤਾਜਮਹਿਲ ਸੰਗਮਰਮਰ ਦਾ ਬਣਿਆ ਸਫੇਦ ਸੰਗਮਰਮਰ ਦਾ ਇਹਨਾਂ ਦੇ ਕਹਿੰਦਾ ਜਿਹੜੇ ਬੋਰਡ ਲੱਗੇ ਆ ਫੱਟੀਆਂ ਲੱਗੀਆਂ ਆ ਇਹਨਾਂ ਦੀਆਂ ਤਖਤੀਆਂ ਲੱਗੀਆਂ ਆ ਉਹ ਸੰਗਮਰਮਰ ਚ ਲੱਗੀਆਂ ਇਹ ਵੀ ਮਿਟ ਜਾਣਗੀਆਂ ਇਹ ਜੋ ਮਰਮਰ ਚ ਉਕਰੇ ਨੇ ਉਕਰੇ ਮਤਲਬ ਉਹਨਾਂ ਦੇ ਉੱਤੇ ਪੱਥਰ ਦੇ ਉੱਤੇ ਨਕਾਸ਼ੀ ਕੀਤੀ ਹੋਈ ਆ ਇਹਨਾਂ ਦੇ ਨਾਮ ਵੀ ਮਿਟ ਜਾਣੇ ਆ ਕਹਿੰਦਾ ਤੇ ਰਹਿਣਾ ਕੀ ਆ ਬਲਦੇ ਹੱਥਾਂ ਨੇ ਉਹ ਹੱਥ ਜਿਹੜੇ ਕ੍ਰਾਂਤੀ ਲਿਖੜੇ ਆ ਜਿਹੜੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਆ ਜਿਹੜੇ ਹਵਾ ਚ ਲਿਖੇ ਉਹ ਬਾਹਾਂ ਜਿਹੜੀਆਂ ਹਵਾ ਚ ਉਲਰਗੀਆਂ ਉਹ ਬਾਹਾਂ ਜਿਹੜੀਆਂ ਕ੍ਰਾਂਤੀ ਲਈ ਖੜੀਆਂ ਹੋ ਗਈਆਂ ਹਰਫ ਹਰਫ ਹੁੰਦਾ ਸ਼ਬਦ ਉਹੀ ਹਮੇਸ਼ਾ ਲਿਖੇ ਰਹਿਣਗੇ ਹਰਫ ਮੈਨੇ ਸ਼ਬਦ ਹਵਾ ਦੇ ਵਿੱਚ ਕਹਿੰਦਾ ਲਿਖੇ ਹੋਏ ਭਾਵ ਕ੍ਰਾਂਤੀ ਦੀ ਗੱਲ ਕੀਤੀ ਹੋਈ ਉਹ ਸਦਾ ਰਹੇਗੀ ਇਹ ਵਕਤੀ ਹਾਕਮ ਜਿਹੜੇ ਨੇ ਲੁਟੇਰੇ ਨੇ ਜਿਹੜੇ ਇਹ ਚਾਹੇ ਇਹਨਾਂ ਦੇ ਚਿੱਤਰ ਆ ਚਾਹੇ ਇਹਨਾਂ ਦੀਆਂ ਸੰਗਮਣੀਆਂ ਪਟੀਆਂ ਲਗੀਆਂ ਉਕਰੇ ਹੋਏ ਨਕਾਸ਼ੀ ਕੀਤੇ ਹੋਏ ਇਹਨਾਂ ਦੇ ਮਹਿਮਾ ਮੰਨ ਕੀਤੇ ਹੋਏ ਪਟੀਆਂ ਲਗੀਆਂ ਹੋਈਆਂ ਇਹ ਸਭ ਖਤਮ ਹੋ ਜਾਣੀਆਂ ਸਿਰਫ ਕ੍ਰਾਂਤੀ ਦੀ ਆਵਾਜ਼ ਗੂੰਜੇਗੀ ਕ੍ਰਾਂਤੀ ਦੀ ਆਵਾਜ਼ ਕ੍ਰਾਂਤੀਕਾਰੀਆਂ ਦਾ ਜਿਹੜਾ ਹੌਂਸਲਾ ਆ ਉਹ ਸਦੀਵੀ ਰਹੇਗਾ ਉਹਨਾਂ ਦੀ ਸਦੀਵੀ ਜਿੱਤ ਹੋਏਗੀ ਅੰਤਮਿਲਨਾਂ ਦੇ ਵਿੱਚ ਕੀ ਕਰ ਰਹੇ ਨੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਹਿੰਦਾ ਮੈਨੂੰ ਇਹ ਵਹਿਮ ਆ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਕਹਿੰਦਾ ਮੈਨੂੰ ਸ਼ਾਇਦ ਵਹਿਮ ਹੀ ਆ ਕਿ ਮੇਰੇ ਮੈਂ ਇੰਨਾ ਕ੍ਰਾਂਤੀ ਦੀ ਆਵਾਜ਼ بلند ਕੀਤੀ ਕਿ ਆਉਣ ਵਾਲੇ ਸਮੇਂ ਤੇ ਮੈਨੂੰ ਮੇਰੀ ਕਬਰ ਤੇ ਦੀਵੇ ਜਗਾਏ ਜਾਣਗੇ ਭਾਵੇਂ ਮੇਰਾ ਮਹਿਮਾ ਮੰਡਨ ਕੀਤਾ ਜਾਵੇਗਾ ਉਹ ਕਹਿੰਦਾ ਜੇ ਹਵਾ ਇਹ ਰਹੀ ਜਿਹੜੀ ਇਹ ਜ਼ੁਲਮ ਦੀ ਹਵਾ ਚੱਲ ਰਹੀ ਆ ਇਹ ਹਵਾ ਜੇ ਆਹੀ ਬਗਦਿਰੀ ਆਹੀ ਟਾਂਚਾਰਿਆ ਆਹੀ ਵਿਵਸਥਾ ਰਹੀ ਕਬਰਾਂ ਉੱਤੇ ਤਾਂ ਕੀ ਕਹਿੰਦਾ ਮੇਰੀ ਕਬਰ ਤੇ ਤਾਂ ਕੀ ਦੀਵਾ ਜਗਣਾ ਸਭ ਘਰਾਂ 'ਚ ਦੀਵੇ ਬੁਝੇ ਰਹਿਣਗੇ ਜਿਹੜੇ ਘਰਾਂ ਦੇ ਚਰਾਗ ਆ ਉਹ ਵੀ ਬੁੱਝ ਜਾਣਗੇ ਭਾਵ ਘਰਾਂ ਦੇ ਵਿੱਚ ਵੀ ਹਨੇਰ ਛਾ ਜਾਏਗਾ ਜੇ ਉਹ ਇੱਥੇ ਨਿਰਾਸ਼ਾ ਪ੍ਰਗਟ ਕਰਦਾ ਕਿ ਇਹ ਹਵਾ ਰਹਿਣ ਨਹੀਂ ਦੇਣੀ ਜੇ ਇਹ ਹੀ ਹਵਾ ਰਹੀ ਤਾਂ ਇਸ ਹਵਾ ਨੇ ਜਿਹੜੇ ਘਰਾਂ ਦੇ ਵਿੱਚ ਜੋ ਥੋੜੇ ਬਹੁਤ ਚਾਨਣ ਹੈਗਾ ਥੋੜੇ ਬਹੁਤ ਹੀ ਕ੍ਰਾਂਤੀ ਦੀ ਗੱਲ ਆ ਉਹਨੂੰ ਵੀ ਠੱਪ ਦੇਣਾ ਉਹਨੂੰ ਵੀ ਦਬਾ ਦੇਣਾ ਤੇ ਇਹ ਕ੍ਰਾਂਤੀਕਾਰੀ ਕਵਿਤਾ ਇਸ ਪੂਰੀ ਵਿਵਸਥਾ ਤੋਂ ਨਾ ਖੁਸ਼ ਹੋ ਕੇ ਕਵੀ ਨੇ ਲਿਖੀ ਹੈ ਸਰਜੀਤ ਪਾਤਰ ਜੀ ਦੀ ਕਵਿਤਾ ਤੁਸੀਂ ਸੁਣੀ ਕੁਛ ਕਿਹਾ ਤਾਂ ਗਜ਼ਲ ਰੂਪ ਸੀ ਤੁਸੀਂ ਇਹਦਾ ਆਨੰਦ ਲਿਆ ਹੋਵੇਗਾ ਇਹਨੂੰ ਯਾਦ ਕਰੋ ਬੱਚਿਓ ਮੈਨੂੰ ਉਮੀਦ ਹੈ ਕਿ ਤੁਸੀਂ ਪੂਰੀ ਧਿਆਨ ਨਾਲ ਇਹਨੂੰ ਸੁਣਿਆ ਹੋਵੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ